ਸਵੇਰ ਦੇ ਕੋਈ ਤਕਰੀਬਨ 5:30 ਹੋ ਚੁੱਕੇ ਆ ਤੇ ਦਿਨ ਹੈਗਾ ਅੱਜ ਐਤਵਾਰ ਤੇ ਸਾਡੀ ਹੈਗੀ ਤਿਆਰੀ ਛੋਟੀ ਜਿਹੀ ਇੱਕ ਰਾਈਡ ਕਰਨ ਦੀ ਵੀ ਵੈਰੀ ਗੁੱਡ ਮਾਰਨਿੰਗ ਤਾਂ ਆਰਐਮ ਰੋਡੀਜ਼ ਅੱਜ ਇੱਕ ਛੋਟੀ ਜਿਹੀ ਰਾਈਡ ਤੇ ਡਿਫਰੈਂਟ ਜੇ ਤਰੀਕੇ ਨਾਲ ਜਾ ਰਹੇ ਆ ਸਾਈਕਲਾਂ ਦੇ ਉੱਪਰ ਸੋ ਬਾਈਕ ਤੋਂ ਟ੍ਰਾਂਜੀਸ਼ਨ ਟੂ ਸਾਈਕਲ ਬਿਲਕੁਲ ਜੀ ਬਿਲਕੁਲ ਜ਼ਰੂਰੀ ਹੈ ਇਹ ਸਾਡੇ ਮਿੱਤਰ ਪਿਆਰੇ ਆ ਸ਼ਵਿੰਦਰ ਤੇ ਓਮਨ ਉਹਨਾਂ ਦਾ ਸਾਈਕਲ ਆ ਜੀ ਇਹ ਥੈਂਕ ਯੂ ਕਰਦੇ ਉਹਨਾਂ ਦਾ ਤੇ ਅੱਜ ਇੱਕ ਛੋਟੀ ਜਿਹੀ ਰਾਈਡ ਕਰਨ ਜਾ ਰਹੇ ਹਾਂ ਇਸ ਟਾਈਮ ਅੱਜ ਤਾਂ ਵੇਖਦੇ ਹਾਂ ਕਿਸ ਤਰ੍ਹਾਂ ਦਾ ਹੋਵੇਗਾ ਅੱਜ ਐਕਸਪੀਰੀਅੰਸ ਤਜਰਬਾ ਵੀ ਮੋਟਰਸਾਈਕਲ ਤੋਂ ਸਾਈਕਲ ਤੇ ਵੀ ਚਲੀਏ ਚਲੋ ਲੈਟਸ ਗੋ ਹੋ ਗਈ ਇਸ ਇਜ਼ ਨਾਟ ਦ ਫਰਸਟ ਟਾਈਮ ਵੀ ਆਰ ਔਨ ਸਾਈਕਲ ਭਾਰਤਪੁਰ ਸੈਂਚਰੀ ਚ ਆਪਾਂ ਸਾਈਕਲ ਚਲਾਏ ਸੀਗੇ ਹਾਂ ਉਹ ਬੜੀ ਪੁਰਾਣੀ ਗੱਲ ਹੋ ਗਈ ਪਿਛਲੇ ਸਾਲ ਦੀ ਗੱਲ ਆ ਉਹ ਵਧੀਆ ਲੱਗਦਾ ਸਾਈਕਲ ਚਲਾਉਂਦੇ ਹੋਏ ਪਲਾਨ ਹੈ ਸਾਡਾ ਅਜੇ ਸਾਈਕਲ ਹਾਂ ਸਵੇਰ ਦਾ ਮਾਹੌਲ ਬੜਾ ਸੋਹਣਾ ਅੱਜ ਹਵਾ ਥੋੜੀ ਚੱਲ ਰਹੀ ਹੈ ਸਭ ਤੋਂ ਵਧੀਆ ਲੱਗਦਾ ਹੈ ਨਹੀਂ ਤਾਂ ਨਾ ਪਿਛਲੇ ਕੁਝ ਦਿਨਾਂ 'ਚ ਗਰਮੀ ਕਾਫੀ ਪੈ ਰਹੀ ਸੀ ਇੱਥੋਂ ਨਾ ਇਹ ਸਵੇਰੇ ਸਵੇਰੇ ਠੀਕ ਹੈ ਦੇਖਾਂਗੇ ਦੁਪਹਿਰੇ ਫਿਲਹਾਲ ਅਸੀਂ ਜਾ ਰਹੇ ਹਾਂ ਫੌਜੀ ਚੌਂਕ ਤੱਕ ਉੱਥੇ ਟਰੈਕ ਐਂਡ ਟ੍ਰੇਲ ਦਾ ਸ਼ੋਰੂਮ ਆ ਉੱਥੋਂ ਬਾਕੀ ਸਾਈਕਲਿਸਟ ਇਕੱਠੇ ਹੋਣਗੇ ਅਤੇ ਉਹਨਾਂ ਨੇ ਇੱਕ ਛੋਟੀ ਜਿਹੀ ਰਾਈਡ ਲਗਾਈ ਹੈ ਵੀ ਦਿਨ ਹੈਗਾ ਚ ਐਤਵਾਰ ਛੁੱਟੀ ਦਿਨ ਹੈ ਪਰ ਸਵੇਰੇ ਸਵੇਰੇ ਸਾਈਕਲ ਚਲਾ ਕੇ ਨਜ਼ਰ ਆ ਰਿਹਾ ਵੀ ਇਸ ਟਾਈਮ ਇਸ ਥਾਂ ਤੇ ਜਾਣਾ ਬਈ ਪਹੁੰਚ ਗਏ ਆਹ ਹੈਗਾ ਇੱਥੇ ਹਨੂਮਾਨ ਚੌਂਕ ਹੁਣ ਦੇਖਦੇ ਹਾਂ ਕੀ ਗੱਲ ਨੀ ਹਨੂਮਾਨ ਚੌਂਕ ਦੇ ਨਾਲ ਹੀ ਬਣਿਆ ਹੋਇਆ ਟਰੈਕ ਐਂਡ ਟ੍ਰੇਲ ਦਾ ਸ਼ੋਰੂਮ ਵੀ ਫਿਲਹਾਲ ਉੱਥੇ ਜਾ ਰਹੇ ਹਾਂ ਮੁੜ ਜਾਓ ਭਾਈ ਅਸੀਂ ਪਰ ਹੈ ਅੱਜ ਬਿਨਾਂ ਹੈਲਮੇਟ ਤੋਂ ਉਹ ਜਿੱਥੇ ਪੂਰਾ ਅੱਜ ਰੌਣਕ ਮੇਲਾ ਲੱਗਿਆ ਹੋਇਆ ਨਾ ਉਸ ਥਾਂ 'ਤੇ ਜਾਣਾ ਜੋ ਵੀ ਪੂਰੇ ਸੁਣ ਇਹ ਪੂਰੇ ਪ੍ਰੋਫੈਸ਼ਨਲ ਸਾਈਕਲਿਸਟ ਨੇ ਅੱਜ ਉੱਥੇ ਅਸੀਂ ਸਾਨੂੰ ਪ੍ਰੋਫੈਸ਼ਨਲ ਬੰਦੇ ਹਾਂ ਖੜ੍ਹੇ ਬਾਈ ਵਰਗੇ ਆਪਣੇ ਹਾਂਜੀ ਜਨਾਬ ਬਸ ਆਪਾਂ ਮਿਲਦੀ ਮੋਟਰਸਾਈਕਲ ਸਾਈਕਲਾਂ 'ਤੇ ਹੁੰਦੇ ਹਾਂ ਰੌਣਕ ਮੇਲਾ ਪੂਰਾ ਲੱਗ ਗਿਆ ਸਾਰੇ ਪਾਸੇ ਵੀ ਸਾਰੇ ਤਿਆਰ ਆ ਪੂਰੇ ਟਰੈਕ ਐਂਡ ਟ੍ਰੇਲ ਤੋਂ ਛੋਟੀ ਰਾਈਡ ਆ 25 ਕਿਲੋਮੀਟਰ ਦੇ ਬਠਿੰਡੇ ਸ਼ਹਿਰ ਦੇ ਬਠਿੰਡੇ ਦੇ ਬਾਹਰ ਵਾਲੇ ਪਾਸੇ ਵੀ ਇੱਥੋਂ ਜ਼ਰੂਰੀ ਹੈ ਭਾਵੇਂ ਕਹਿੰਦੇ ਨਾ ਮੂਵਮੈਂਟ ਹੋਣੀ ਚਾਹੀਦੀ ਅੱਗੇ ਵਧਣਾ ਚਾਹੀਦਾ ਸਾਈਕਲ ਤੇ ਹੋਏ ਭਾਵੇਂ ਮੋਟਰਸਾਈਕਲ ਤੇ ਹੋਏ ਭਾਵੇਂ ਇਹ ਜ਼ਰੂਰੀ ਹੈ ਹਾਂ ਚਲੋ ਕਰਦੇ ਹਾਂ ਸ਼ੁਰੂ ਵੀ ਅੱਜ ਦੀ ਛੋਟੀ ਜਿਹੀ ਰਾਈਡ ਸ਼ੁਰੂ ਹੋ ਗਈ ਸਾਈਕਲਿਸਟ ਬੜੇ ਦੂਰੋਂ ਦੂਰੋਂ ਆਏ ਆ ਪੰਜਾਬ ਦੇ ਅੱਡ ਹਿੱਸਿਆਂ ਤੋਂ ਆਏ ਹੋਏ ਆ ਤੈਨੂੰ ਉਡੀਕੀ ਆਉਂਦੇ ਸੀ ਤੇਰੀ ਉਡੀਕ ਕਰ ਰਿਹਾ ਸੀ ਹਲੋ ਜੀ ਮਾਹੌਲ ਵੱਜ ਗਿਆ ਸੋਹਣਾ ਸਵੇਰੇ ਸਵੇਰੇ ਖੁਸ਼ੀ ਚਿਹਰੇ ਸਾਰੇ ਪਾਸੇ ਦੇਖਦੇ ਪਏ ਵੀ ਥੋੜ੍ਹਾ ਹਾਂਜੀ ਹਾਂ ਵਧੀਆ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਇੱਥੇ ਹੁਣ ਇਹ ਆਹ ਦੇਖੋ ਸਾਡੇ ਵੱਡੇ ਭਾਅ ਜੀ ਪੂਰੀ ਰੌਣਕਾਂ ਲਾ ਰਹੇ ਇਸ ਟਾਈਮ ਸਾਈਕਲ ਵਾਲਿਆਂ ਦਾ ਜੋਸ਼ ਜਿਹਾ ਪੂਰਾ ਦੇਖ ਕੇ ਬਣਦਾ ਪੂਰਾ ਵੀ ਤੁਹਾਨੂੰ ਇਹ ਪੂਰੇ ਜੋਸ਼ ਨਾਲ ਪੂਰੇ ਸਲੀਕੇ ਨਾਲ ਸਾਰੇ ਰਾਈਡਰ ਆਉਂਦੇ ਹੋਏ ਬਹੁਤ ਵਧੀਆ ਗੱਲ ਆ ਜੀ ਤੁਹਾਨੂੰ ਇਹ ਆਜੋ 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 ਵਧੀਆ ਲੱਗਦਾ ਜਦੋਂ ਸਾਰੇ ਰਾਈਡਰ ਮਿਲ ਕੇ ਨਾਲ ਚੱਲਦੇ ਆ
दिखा दिया साइकिलों के उपर भी सेहत का भी वातावरण का भी पूरा ध्यान दिता जाता उस टाइम भी घट्टो घट 100-150 राइडर है इस टाइम साइकिलिस्ट है राइडर असल से बाबा शब्द मूँह निकल जाता है मोटरसाइकिल करके रिया ने इस टाइम पूरा जोर ला के लैके आ रही है इस टाइम भी खुश भी हैगी है असल ना कल राती प्रैक्टिस करके आई है साइकिल भी ये क्योंकि ना गेयर वाला मोटरसाइकिल ना आता इनू पर गेयर वाला साइकिल नहीं चलाया इन्हें सही है नहीं ये सो ज्यादा सौखा ही है हाँ ना मैं नहीं आई है और ट्रैफिक रोला रप्पा वाला हो पाया ना इस टाइम बिल्कुल बिल्कुल कुल मिला गल है कि हर हर एक पास से अपनों पे आस की लोड़ पैंदी है सही है मैं ना जो उदाहरण दो दस रहे ना भी सारे आ गए और राइडर शब्द ही मुझे निकल जाता है कहना सी साइकिलिस्ट मैं बठिंडे का मशहूर मच्छी चौंक भी बहादुर रोड तो होके हम अस जा रहे हैं बठिंडा वाले पासे ये सारी बठिंडा रिंग रोड आई है जिते सारे साइकिल से जा रही है पुल उतर के इस पासे हो जाएंगे थोड़ा है तेरा तो सारे पिछे मैं ही है आ चलिए पिछे ना रिया स्टार वाल आना भूल गई थी हूँ उन्होंने याद है कि स्टार वाल भी कोई चीज होंगी है आ मच्छी चौंक तो हम असी दूजे पास गल कर जाएंगे रिया हो जाती भी है भी लगभग 20-25 मिनट हो गए तो पसीने के बुरे हाल भी मतलब पसीने करके साढ़े बुरे हाल भी थोड़े जरूरी है जी वैसे साइकिल की प्रैक्टिस करना वधिया रहिंदा केड़ा गाना गाई जाने हो और जिन्हों पंजाबी समझ आई दस दियो भी मैनू तो कोई समझ नहीं आ रही अच्छा कहंदी मैनू रोक सको तो रोक लो मतलब ब्रेका फेल हो गई थी होना हूँ एक पिछे जाती होंगी है बाबू हम कहाँ जा रहे हैं लॉन्ग ड्राइव पे कैसे क्योंकि ब्रेकें फेल हो गई हैं मतलब आप सारे पिछे है ना इस टाइम बिल्कुल हाँ भी कि मजा देख के मजा आ गया है रौनक मेरा पूरा लग्या हा भाई इतने हम ये पहुंच गए नहरों के उपर भी दे दो तुम दिखाने इतों के मेन ग्रुप इतने बहुत अगे अगे साइकिलिस्ट आए हुए ने अपना गुरुहर साहिब
ਬਾਈ ਗੁਰਸੇਵਕ ਸਿੰਘ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਧੰਨਵਾਦ ਅਸੀਂ ਬਠਿੰਡੇ ਤੋਂ ਬਾਈ ਸਹੀ ਸਰਾਇਣਾ ਕਰ ਬਰੇਕਾਂ ਦੀਆਂ ਚਿੱਕਾਂ ਨਿਕਲ ਜਾਂਦੀਆਂ ਉਸ ਟਾਈਮ ਕਾਰ ਮਾ ਚੱਲ ਪਿਆ ਵੀ ਫਿਰ ਤੋਂ 2 ਮਿੰਟ ਦੀ ਬ੍ਰੇਕ ਹੋਈ ਫਿਰ ਤੋਂ ਤੁਰ ਪਏ ਵੀ ਘੱਟੋ ਘੱਟ ਮੈਂ 100-150 ਸਾਈਕਲਿਸਟ ਆਏ ਹੋਏ ਨੇ ਅੰਦਰੋਂ ਬਾਹਰੋਂ ਹੋਰ ਸਾਈਡ ਤੋਂ ਸੰਗਰੂਰ ਤੋਂ ਬਠਿੰਡੇ ਦੇ ਕਾਫੀ ਹੈ ਵੀ ਵਧੀਆ ਸਿਸਟਮ ਆ ਲਗਭਗ 15 ਕਿਲੋਮੀਟਰ ਹੋਏ ਆਪਣੇ ਹੁਣ ਤੱਕ ਤੇਰਾ ਸਟਾਰ ਵਾਹੀ ਬੋਲਦਾ ਪਿਆ ਕਿ ਹੋਰ ਕੁਛ ਬੋਲਦਾ ਪਿਆ ਚੌਥੇ ਕੇ ਦੇਖਾਂਗੇ ਜਾ ਕੇ ਸਭਾ ਮੰਗਾ ਕੋਈ 8 ਵੱਜ ਗਏ ਹੋਣਗੇ 720 ਸੱਤ ਵੀ ਹੋ ਗਏ ਪੌਣਾ ਘੰਟਾ ਹੋ ਗਿਆ ਲਗਭਗ ਆਪਣੇ ਤੁਰਿਆ ਨੂੰ 6:30 ਤੁਰੇ ਸੀ ਜਦ ਉੱਥੋਂ ਜਿਵੇਂ ਜਿਵੇਂ ਨਾ ਸੂਰਜ ਚੜ੍ਹਦਾ ਪਿਆ ਉਹ ਆਪਦੇ ਚੜ੍ਹਨ ਦਾ ਅਹਿਸਾਸ ਦਿਲਾ ਰਿਹਾ ਆਹ ਕਾਫ ਨਾ ਸਾਰੀ ਉਤਰਾਈ ਉਤਰਾਈ ਹੋਵੇ ਬਸ ਫਿਰ ਤਾਂ ਸਵਾਦ ਹੀ ਆ ਜੇ ਚੜ੍ਹਾਈ ਹੋਵੇ ਨਾ ਸਾਈਕਲ ਦੇ ਉੱਪਰ ਤਾਂ ਉਹ ਗੇਅਰ ਵੱਡਾ ਪਾਲੀ ਨਹੀਂ ਤਾਂ ਨਜ਼ਾਰਾ ਹੀ ਜਾਂਦਾ ਵੀ ਕਮੀਜ਼ਾਂ ਪੂਰੀਆਂ ਗੱਲੀਆਂ ਅੰਦਰੋਂ ਹੋ ਗਈਆਂ ਗਰਮੀ ਪੂਰੀ ਆ ਪਸੀਨਾ ਪੂਰਾ ਵੀ ਇਹ ਬੰਦੇ ਸਾਰਿਆਂ ਨਾਲ ਹੌਲੀ ਆਉਂਦੇ ਆ ਇਹ ਬਹੁਤ ਹੌਲੀ ਆਉਂਦੇ ਹੋ ਵੀ ਤੁਸੀਂ ਸਾਰਿਆਂ ਨੇ ਤੇਜ਼ ਆਇਆ ਕਰੋ ਚਲੋ ਜੀ ਚਲੋ ਚੋ ਸਾਰੇ ਖੜੇ ਰਾਈਡਰ ਉੱਥੇ ਬਾਈ ਵਰਗੇ ਸਾਈਕਲਿਸਟ ਪਹੁੰਚ ਜਾਓ ਬਈ ਆ ਜਾਓ ਕੇ ਆ ਜਾਓ ਬਈ ਬਲਦੇਵ ਬਾਈ ਸਾਰਿਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਲੀਡ ਕਰਦੇ ਹੋਏ ਇਸ ਟਾਈਮ ਘੁੱਦੇ ਬਾਈ ਵਰਗੇ ਸਿਕੰਦਰ ਬਾਈ ਵਰਗੇ ਘਣੀਏ ਬਾਈ ਵਰਗੇ ਅੱਗੇ ਸਾਈਕਲਿਸਟ ਹੋਏ ਸਾਰੇ ਇਹ ਸਾਈਕਲ ਚਲਾਉਂਦੇ ਚਲਾਉਂਦੇ ਫਿਰ ਤੋਂ ਬਠਿੰਡੇ ਦੀ ਆ ਹੱਦਾਂ 'ਚ ਸ਼ਾਮਿਲ ਹੋ ਗਏ ਉਹ ਖੜਾ ਬਠਿੰਡੇ ਦਾ ਹਿਮਾਲਿਆ ਥਰਮਲ ਬੜੀ ਸ਼ਾਨ ਆਣ ਬਾਣ ਬਠਿੰਡੇ ਦੀ ਪਹਿਚਾਣ ਅਤੇ ਸਾਡੇ ਰਾਈਡਰ ਸਾਥੀ ਲਾ ਲਾ ਗੇਅਰ ਛੋਟਾ ਕਰਨਾ ਪੈਣਾ ਮੈਨੂੰ ਗੇਅਰ ਵੱਡਾ ਪਿਆ ਹੋਇਆ ਥੋੜ੍ਹਾ ਗੇਅਰ ਛੋਟਾ ਕਰ ਲੈ ਮਾੜਾ ਜਿਹਾ ਗੇਅਰ ਛੋਟਾ ਕਰ ਲੈ ਕਰ ਬਠਿੰਡੇ ਦੀ ਸ਼ਾਨ ਹੋਈ ਪਈ ਹੈ ਪਰੇਸ਼ਾਨ ਕਿਉਂ ਨਿਕਲੀ ਪਈ ਹੈ ਜਾਨ ਕਿਉਂਕਿ ਅੱਜ ਹੈ ਪਹਿਲਾ ਦਿਨ ਵੀ ਹੈ ਨਾ ਝੀਲਾਂ ਦੇ ਕੰਢੇ ਠੰਡੀ ਠੰਡੀ ਹਵਾ ਅਤੇ ਹੁਣ ਨਜ਼ਾਰੇ ਆ ਜਾਂਦੇ ਵੀ ਆਹ ਕੰਮ ਸਾਰਿਆਂ ਨਾਲ ਵਧੀਆ ਸਾਈਕਲ ਦਾ ਵੀ ਨਿਊਟਰਲ ਕਰਕੇ ਦਬਲੀ ਦੂਰੀ ਤਰੋ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਆਈ ਜਾਂਦੇ ਆ ਥੱਕ ਗਏ ਥੱਕੇ ਨਾ ਕਰੋ ਖੜੇ ਨਾ ਕਰੋ ਰਸਤੇ 'ਚ ਪਹੁੰਚ ਗਏ ਵੀ ਵਾਪਸ ਘਣੀਆਂ ਚੌਂਕ 'ਤੇ ਆਹ ਬਾਈ ਵਰਗੇ ਮਿਲੇ ਨੇ ਬਾੜਾ ਭਾਈਕਾ ਤੋਂ ਸਾਈਕਲ 'ਤੇ ਲੇਹ ਲਦਾਖ ਕਰਕੇ ਆਏ ਆ ਭੂਮਿੰਗਲਾ ਪਾਸ ਵੀ ਹਿੰਮਤ ਆ ਬਾਈ ਤੁਹਾਡੀ ਬਹੁਤ ਸੋਹਣੀ ਗੱਲ ਹੈ ਵੀ ਅੱਜ ਬਠਿੰਡਾ ਸ਼ਹਿਰ ਕਰਕੇ ਆਏ ਆ ਅੱਜ
ਵਧੀਆ ਕਹਿੰਦੇ ਜਦੋਂ ਕਿਸੇ ਚੀਜ਼ ਦੀ ਹਿੰਮਤ ਆ ਜਾਏ ਤੁਹਾਡੇ 'ਚ ਪ੍ਰੈਕਟਿਸ ਕਰਦੇ ਰਹੋ ਸਾਰਾ ਕੁਛ ਸੰਭਵ ਹੁੰਦਾ ਉਦੋਂ ਬਿਲਕੁਲ ਸਹੀ ਗੱਲ ਹੈ ਜੀ लगभग सफर पूरा होने वाला है थर्मल पार कर लिया हनुमान जी को पहुंच गए भी हनुमान जी कहते दबी तुरी चलो काम भी मेरा कहते आशीर्वाद तुहाडे नाल है दबी चलो काम वास्ते खड़ो ना कितें भावें दो गेड़े होर लाए सिकंदर भाई लगभग पहुंचने वाले हैं पहुंच ही चुके हैं बस वसीला करके भी आ गए साढ़े बाई वर्गे सारे जितों शुरू की सफर उत्थे लगभग पूरा होने वाला सुना पहुंच गए वापस ट्रैक एंड ट्रेल तो जितों सफरनामे शुरू हुए थी आ जाओ भाई आ जाओ आ जाओ बहुत सोहनी गल है भी ਭਾਈ ਵਰਗੇ ਕੋਈ ਇੰਟਰਵਿਊ ਕਰਦੇ ਹੋਏ ਅਪਡੇਟ ਪਾਸੇ ਪਿੰਡਾਂ ਦੀ ਇੰਟਰਵਿਊ ਲੜੀ ਹੈ ਸੋਹਣਾ ਮਾਹੌਲ ਹੈ ਅੱਜ ਵਧੀਆ ਸਿਸਟਮ ਅੱਜ ਹਾਂ ਅੰਨੇ ਸਾਰੇ ਸਾਈਕਲਿਸਟ ਇਕੱਠੇ ਹੋਏ ਹੈ ਸਾਨੂੰ ਆਹ ਬੰਦੇ ਧੋਖਾ ਦੇ ਕੇ ਮੋਟਰਸਾਈਕਲ ਆ ਗਏ ਪਹਿਲਾਂ ਇਹ ਅਖੀਰ ਚ ਸਫਲਤਾ ਪੂਰਵਕ 25-30 किलोमीटर साइकिल राइड करके की स्टार वागी बोल दी भी है अच्छा चलो कोई नहीं बात कर लेने हैं 25-30 किलोमीटर की राइड होगी मैं लेट शुरू की थी एक्चुअली हाँ स्ट्रावा कहती है घंटे तो प्रोग्राम मतलब बिल्कुल 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 मैं आधे घंटे पौने घंटे तो बाद शुरू की थी मैं तो स्टार्ट की थी गणपति लिंक लेवल टप के हाँ तो 22-23 किलोमीटर हो गया घट्टो घट्टो हाँ जी हाँ जी कर दो कर दो गड्डी लाओ पार साइड पे भी पार्किंग कर दो उत्थे सेफ साइड पे फिर आओ चलते देखने की माहौल है भी पंजाब पुलिस द्वारा बहुत सोहने तरीके सिक्योरिटी की गई ट्रैफिक नूं रोकिया गया धन्यवाद कर देना इन्हां दा माड़ी गल है शक्ल तो पता लग रहा पूरे उसी दिन भरे हुए हैं 25 किलोमीटर राइड करके पूरी भी वधिया हो गया सिस्टम हाँ देखो जेहड़े ना बंदे अक्सर लेट आते हैं वो हथी पाई जाते ट्रैक एंड ट्रेल से हजूम साइकिलिस्ट का पूरा सोहना माहौल बनया होया साढ़े भाई रमन वर्गे जिन्होंने साइकिलिस्ट की नींह बजी बठिंडे के पूरे पंजाब के भाई रमन ਤੇ ਭਾਈ ਯਾਰ ਵਿਚਾਰੇ ਯਾਰ
Two wheels move this song. RM Road is sharp. ਬਹੁਤ ਸੋਹਣੇ ਵੀ ਆਪਣਾ ਤਾਂ ਇਹ ਵੀ ਜਿਹੜੇ ਜਿੰਨੇ ਵੀਰ ਭਰਾ ਵੀ ਸਾਈਕਲ ਨਾਲ ਜੁੜਨ ਵੀ ਸਾਈਕਲ ਆਪਣਾ ਇਕੱਲਾ ਸ਼ੁਗਲ ਮੇਲਾ ਨਹੀਂ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਜਿਹੜੇ ਆਪਾਂ ਕੰਮ ਧੰਦੇ ਵੀ ਜਾਂਦੇ ਹਾਂ ਅਤੇ ਆਪਾਂ ਸਾਈਕਲ 'ਤੇ ਜਾਈਏ ਤਾਂ ਕਰਕੇ ਸਾਰੇ ਜੁੜੇ ਸੀ ਆਪਾਂ ਤਾਂ ਬਹੁਤ ਸ਼ਾਨਦਾਰ ਬਹੁਤ ਸੋਹਣਾ ਸਫ਼ਰ ਰਿਹਾ ਇਹ 25 ਕਿਲੋਮੀਟਰ ਦਾ ਘੇਰਾ ਸੀ ਅਤੇ ਬਹੁਤ ਵਧੀਆ ਰਿਹਾ ਸੁੱਖ ਸਾਂਦ ਰਹਿ ਇਹ 25 ਕਿਲੋਮੀਟਰ ਜਿਹੜਾ ਸਾਈਕਲ ਦਾ ਘੇਰਾ ਸੀ ਇਹ ਤੁਹਾਡੇ ਲਈ ਥੋੜ੍ਹਾ ਸੀ ਕਈ ਸਾਡੇ ਬੰਦਾਂ ਦੇ ਖਤਮ ਹੋ ਗਏ राइड खत्म होए नू अद्धा घंटा हो गया ऑलमोस्ट माहौल है इस टाइम सारे साइकिलिस्ट दिया निशानियां ਦੂਜਿਆਂ ਲਈ ਮੋਟੀਵੇਸ਼ਨ ਹੁਣ ਚੱਲਦੇ ਹਾਂ ਘਰ ਨੂੰ ਵਾਪਸ ਵਧੀਆ ਮਿਲ ਰਿਹਾ ਸਵੇਰ ਦੇ ਵੱਜ ਕੇ 9 ਕੋਈ 9 ਸਾਢੇ 9 ਹੋ ਗਈ ਹੈ ਕਰੀਏ ਹੋਰ ਕੰਮ ਕਰ ਆਪਾਂ ਸਾਈਕਲਾਂ ਦਾ ਸਫ਼ਰ ਪੂਰਾ ਹੋ ਚੱਲਿਆ ਅਤੇ ਹੁਣ ਚੱਲੇ ਹਾਂ ਘਰ ਨੂੰ ਵਾਪਸ ਸਮਾਂ ਹੋ ਗਿਆ ਸਵੇਰ ਦੇ ਕੋਈ 9:30 ਆਵੀ ਕਿਵੇਂ ਰਿਹਾ ਦਿਨ ਅੱਜ ਦਾ ਹਾਂ ਅੱਛਾ ਸ਼ਾਨਦਾਰ ਰਹੀ ਚਲੋ ਬਹੁਤ ਸੋਹਣੀ ਗੱਲ ਵਧੀਆ ਰਹੀ ਪ੍ਰੋਡਕਟ ਵੀ ਸੀਗੀ ਪੋਜ਼ਿਟਿਵ ਵੀ ਸੀਗੀ ਸਾਰਾ ਕੁਛ ਵਧੀਆ ਰਿਹਾ ਕੰਮ ਬਿਲਕੁਲ ਜੀ ਬਿਲਕੁਲ ਬਿਲਕੁਲ ਜੋਸ਼ ਵੀ ਆਉਂਦਾ ਪੋਜ਼ਿਟਿਵਿਟੀ ਵੀ ਆਉਂਦੀ ਹੈ ਤੁਹਾਨੂੰ ਇਹ ਗੱਲਾਂ ਬਾਤਾਂ ਕਰਕੇ ਤਾਂ ਇਸ ਤਰ੍ਹਾਂ ਦੀ ਰਾਈਡ 'ਚ ਹਿੱਸਾ ਜ਼ਰੂਰ ਲਿਆ ਕਰੋ ਵੀ ਅਸੀਂ ਵੀ ਲਿਆ ਕਰਾਂਗੇ ਗੱਲ ਇਹ ਹੁੰਦੀ ਇਹ ਨਹੀਂ ਹੁੰਦੀ ਕਿ ਤੁਸੀਂ ਕਿਸ 'ਤੇ ਜਾ ਰਹੇ ਹੋ ਸਾਈਕਲ 'ਤੇ ਹੋ ਕਿ ਮੋਟਰਸਾਈਕਲ 'ਤੇ ਹੋ ਗੱਲ ਇਹ ਹੁੰਦੀ ਕਿ ਤੁਹਾਡੀ ਕੰਪਨੀ ਕਿਸ ਤਰ੍ਹਾਂ ਦੀ ਹੈ ਤੁਹਾਡਾ ਆਲਾ ਦੁਆਲਾ ਕਿਸ ਤਰ੍ਹਾਂ ਦਾ ਤੁਹਾਡਾ ਤੁਹਾਨੂੰ ਇਹ ਸਭ ਤੋਂ ਵੱਡੀ ਗੱਲ ਮੈਟਰ ਕਰਦੀ ਹੈ ਇਹ ਤਾਂ ਅੱਜ ਦਾ ਦਿਨ ਸੀ ਐਤਵਾਰ ਬੜਾ ਸੋਹਣਾ ਸੀਗਾ ਮਾਹੌਲ ਅੱਜ ਵਧੀਆ ਲੋਕਾਂ ਨਾਲ ਮਿਲੇ ਅਮਰਤਪਾਲ ਸਿੰਘ ਘੁੱਦਾ ਬਲਦੇਵ ਬਾਈ ਸਿਕੰਦਰ ਸਿੰਘ ਅਤੇ ਹੋਰ ਵੀ ਆਪਣੇ ਮਿੱਤਰ ਪਿਆਰੇ ਸੀਗੇ ਜਿਹੜੇ ਵੱਖ ਵੱਖ ਥਾਵਾਂ ਤੋਂ ਆਏ ਸੀ ਇੱਕ ਦਿਨ ਸੀਗਾ ਸਾਡਾ ਸਾਈਕਲ ਦੇ ਨਾਮ 'ਤੇ ਵੀ ਤੁਹਾਨੂੰ ਇਹ ਅਤੇ ਫਿਰ ਤੋਂ ਅਸੀਂ ਧੰਨਵਾਦ ਕਰਦੇ ਆਪਣੇ ਭਰਾਵਾਂ ਦਾ ਸ਼ਵਿੰਦਰ ਬਾਈ ਦਾ ਜਿਨ੍ਹਾਂ ਦੀ ਸਾਈਕਲ ਸਾਡੇ ਕੋਲ ਹੈ ਇੱਧਰ ਬਾਈ ਓਮਨ ਦੀ ਸਾਈਕਲ ਸਾਡੇ ਕੋਲ ਹੈ ਇਹ ਸੀ ਅੱਜ ਸਾਡਾ ਅੱਜ ਦਾ ਸਾਈਕਲ ਨਾਮਾ ਵੀ ਇੱਕ ਦਿਨ ਦਾ ਵੀ ਤੁਹਾਨੂੰ ਇਹ ਬਹੁਤ ਵਧੀਆ ਰਿਹਾ ਹਾਲਾਂਕਿ ਮੋਟਰਸਾਈਕਲ ਦੇ ਬੰਦੇ ਹਾਂ ਵੀ ਅੱਜ ਸਾਈਕਲ 'ਤੇ ਆ ਕੇ ਮੋਟਰਾਂ ਲਾਤੀਆਂ ਬਾਹਰ ਬਹੁਤ ਵਧੀਆ ਦਿੰਦੇ ਆ ਬਈ ਛਾਪਲ ਕੇ ਪੈ ਜਾਂਗੇ ਕੋਲ ਨਹੀਂ ਆ ਕੇ ਰੋਟੀਆਂ ਖਾ ਕੇ ਨਾ ਬ੍ਰੇਕਫਾਸਟ ਕਰਕੇ ਪਰੌਂਠੇ ਆ ਕੇ ਛਾਪਲ ਕੇ ਪੈ ਜਾਂਗੇ ਚਲੋ ਬਾਹਰ ਚੱਲਦੇ ਹਾਂ ਬਈ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਜਲਦੀ ਹੈ ਸਾਡੀ ਸਿੱਕਮ ਸੀਰੀਜ਼ ਚੱਲੀ ਜਾਂਦੀ ਯੂਟਿਊਬ ਦੇ ਉੱਪਰ ਸਾਰੇ ਤੁਸੀਂ ਦੇਖ ਹੀ ਰਹੇ ਹੋਵੋਗੇ ਇਹ ਵੀਡੀਓ ਅੱਜ ਹੀ ਪਾ ਦੇਣੀ ਸ਼ਾਮ ਤੱਕ ਤੁਹਾਨੂੰ ਚਲੋ ਮਿਲਦੇ ਤੁਹਾਨੂੰ ਬਹੁਤ ਜਲਦੀ ਹੱਸਦੇ ਰਹੋ ਵੱਸਦੇ ਰਹੋ ਖੁਸ਼ ਰਹੋ ਆਵਾਜ਼ ਰਹੋ ਵੀ ਜ਼ਿੰਦਗੀਆਂ ਮਾਨੋ ਸਿਹਤਾਂ ਦਾ ਖਿਆਲ ਰੱਖੋ ਆਪਦਾ
माड़े कम्मां तों पासे हो के माड़े चीज़ां की वरतों छड़ के सेहत वाल ध्यान दिओ, क्योंकि जिंदगी बहुत सोहनी है। ਜੋ ਜ਼ਿੰਦਗੀ ਜਿੰਦਾਬਾਦ ਜੀ ਚਲ ਦੈਨ ਗੁੱਡ ਬਾਏ ਟੇਕ ਕੇਅਰ।